ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਆਈਕਨ ਨੂੰ ਆਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਆਪਾਂ ਲੈ ਕੇ ਆਏ ਹਾਂ ਜੀ ਦੋ ਝੋਟੀਆਂ ਤੁਹਾਡੇ ਲਈ। ਇੱਕ ਦੋਸਤੋ ਦੂਜੇ ਸੂਬੇ ਦੇ ਵਿੱਚ ਹੈਗੀ ਆ, ਇੱਕ ਪਹਿਲਾਂ ਜਿਹੜੀ ਆ ਝੋਟੀ ਸੂਣ ਜਾ ਰਹੀ ਆ। ਸੋ ਵੀਰ ਹੋਣਾ ਦੇ ਕੋਲੋਂ ਆਪਾਂ ਜਿਹੜੀ ਇਹਦੀ ਫੁੱਲ ਡਿਟੇਲ ਆ ਉਹ ਵੀ ਪੁੱਛ ਲਵਾਂਗੇ, ਏਰੀਆ, ਥਾਂ, ਟਿਕਾਣਾ, ਫੋਨ ਨੰਬਰ ਬਾਈ ਹੋਰਾਂ ਦੇ ਜਿਹੜੇ ਆਪਾਂ ਪੁੱਛ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸੋ ਚੱਲਦੇ ਹਾਂ ਵੀਰ ਹੋਣਾ ਦੇ ਕੋਲ, ਪੁੱਛ ਲੈਂਦੇ ਹਾਂ ਜੀ ਕੀ ਡਿਟੇਲ ਹੈਗੀ ਆ ਇਹਨਾਂ ਝੋਟੀਆਂ ਦੀ। ਸੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਵੀਰ ਜੀ, ਪਹਿਲਾਂ ਤਾਂ ਆਪਣਾ ਨਾਮ ਦੇ ਨਾਲ ਨਾਲ ਐਡਰੈਸ ਜ਼ਰੂਰ ਦੱਸੀਏ ਜੀ। ਮੇਰਾ ਨਾਮ ਜਗਰਾਜ ਸਿੰਘ, ਡੈਡੀ ਦਾ ਨਾਮ ਸੁੱਬਾ ਸਿੰਘ ਜੀ। ਹਾਂਜੀ। ਪਿੰਡ ਆਪਣਾ ਵਾਰਸਾਲਾ ਜੱਟਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਪੈਂਦਾ। ਠੀਕ ਹੈ ਜੀ। ਮੋਗਾ ਤੋਂ ਮਖਨੂ ਰੋਡ ਦੇ ਉੱਪਰ ਪਿੰਡ ਆ ਜਾਂਦੇ ਪੀਰਮੁੰਡ। ਠੀਕ ਹੈ ਜੀ, ਠੀਕ ਹੈ, ਠੀਕ ਹੈ ਵੀਰੇ, ਠੀਕ ਆ। ਸੋ ਕਿਸਾਨ ਵੀਰੋ, ਇਹ ਐਡਰੈਸ ਵੀਰ ਹੋਣਾ ਦੇ ਦਿੱਤੇ ਹਨ। ਸੋ ਆਪਾਂ ਨੰਬਰ ਵੀ ਪੁੱਛ ਲਈਏ, ਅਤੇ ਜਗਰਾਜ ਵੀਰ ਜੀ ਇੱਕ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲ ਕੇ ਦੱਸੀ। 9928-96-502। ਠੀਕ ਹੈ ਜੀ, ਫਿਰ ਇੱਕ ਵਾਰੀ ਫਿਰ ਬੋਲ ਦਈਏ ਜੀ। 9928-96-502। ਠੀਕ ਆ। ਸੋ ਦੋਸਤੋ, ਇਹਨਾਂ ਦਿੱਤੇ ਗਏ ਜਿਹੜੇ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ। ਵੀਰ ਹੋਣਾ ਦੇ ਕੋਲ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਦੋ ਜਿਹੜੇ ਐਨੀਮਲ ਖੜ੍ਹੇ ਨੇ, ਇਹ ਤੁਸੀਂ ਖਰੀਦ ਸਕਦੇ ਹੋ। ਸੋ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਇਸ ਝੋਟੀ ਬਾਰੇ। ਅਤੇ ਜਗਰਾਜ ਵੀਰ, ਇਹ ਪਹਿਲੀ ਝੋਟੀ ਬਾਰੇ ਸਾਨੂੰ ਦੱਸੋ ਵੀ ਇਹ ਕਿੰਨਵਾਂ ਸੂਬਾ ਸੁਣ ਜਾ ਰਹੀ ਹੈ? ਇਹ ਪਹਿਲੇ ਸੂਬੇ ਜਾ ਰਹੀ ਹੈ ਜੀ। ਹਾਂ ਜੀ, ਪਹਿਲਾਂ ਝੋਟੀ ਆ, ਪਹਿਲਾਂ ਝੋਟੀ ਆ, ਪਹਿਲਾ ਸੂਬਾ ਸੁਣ। ਠੀਕ ਹੈ, 20 ਦਿਨ ਲੈ ਕੇ ਜਾਊਗੀ ਜੀ। ਠੀਕ ਆ ਜੀ। ਮੂੰਹ ਵੀਰ ਜੀ ਹੈਗੀ ਦੋਂਦੀ ਹੈ ਕਿ ਚੌਕੀ ਆ? ਹਾਂਜੀ, ਵੇਖੀ ਨਹੀਂ ਹੈਗੀ, ਦੋਂਦੀ ਮੇਰੇ ਸਾਹਮਣੇ ਆਊਗੀ। ਹਾਂਜੀ, ਆਪਾਂ ਜੇ ਗਾਲਾ ਕਰਦੀ ਮਾੜਾ ਜਿਹਾ ਚੈੱਕ ਕਰਾ ਹੀ ਦਿੰਦੇ ਹਾਂ, ਵੈਸੇ ਆਪੇ ਜਿਹੜੇ ਆਪਣੇ ਵੀਰ ਨੇ ਉਹ ਨੋਟ ਕਰ ਲੈਣਗੇ। ਠੀਕ ਹੈ, ਠੀਕ ਆ। ਸੋ ਜਿਹੜਾ ਵੀਰ ਜੀ, ਬਾਕੀ ਕਿੰਨਾ ਕੁ ਮਿਲਕ ਕਰ ਦੂਗੀ ਤਕਰੀਬਨ, ਜੇ ਆਪਾਂ ਇੱਕ 10 ਕੁ ਲੀਟਰ, 9-10 ਲੀਟਰ? ਹਾਂਜੀ। ਬਾਕੀ ਕਿਸਾਨ ਵੀਰੋ, ਜਿਹੜਾ ਹਾਈਟ ਆ, ਹਾਂਜੀ, ਜਿਹੜੀ ਹਾਈਟ ਕੱਦ ਹੈਗਾ ਇਹਦਾ, ਤੁਸੀਂ ਨਾ ਨੋਟ ਕਰ ਸਕਦੇ ਹੋ। ਬਿਲਕੁਲ ਦਰਮਿਆਨਾ ਕੱਦ ਵੀ ਨਹੀਂ ਕਹਾਂਗੇ, ਬਿਲਕੁਲ ਮੀਡੀਅਮ ਜਿਹੜੀ ਹਾਈਟ ਹੈਗੀ ਆ ਝੋਟੀ ਦੀ। ਹਜੇ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਣੂ ਤਣੂਗੀ ਵੀ, ਦੂਜੇ ਸੂਬੇ ਦੇ ਵਿੱਚ ਜਾ ਕੇ ਤਕਰੀਬਨ ਬਹੁਤ ਵਧੀਆ ਇਹ ਚੰਗੀ ਝੋਟੀ ਬਣ ਕੇ ਤਿਆਰ ਹੋਵੇਗੀ। ਤਕਰੀਬਨ ਇਹ ਇਸ ਟਾਈਮ ਜਿਹੜਾ ਪਹਿਲਾ ਸੂਆ ਸੁਣ ਜਾ ਰਹੀ ਹੈ। ਵੀਰ ਹੋਣਾ ਦੱਸਿਆ ਵੀ ਤਕਰੀਬਨ ਵੀਰ ਜੀ ਕਿੰਨੇ, 20 ਤੋਂ 25 ਦਿਨ? 20-22 ਵੀ ਜਾ ਸਕਦੀ, ਘੱਟ ਵੀ ਜਾ ਸਕਦੀ। ਠੀਕ ਆ, ਠੀਕ ਆ। ਅਤੇ ਆਪਣੇ ਕੋਲੋਂ ਇਹ ਵਪਾਰ ਲਾਈਨ ਦੇ ਵਿੱਚ ਅੱਗੋਂ ਆਈਆਂ, ਹੈ ਨਾ? ਠੀਕ ਆ। ਅਤੇ ਜਗਰਾਜ ਵੀਰ ਜੀ ਕੀ ਮੁੱਲ ਕੀ ਕਰਦੇ ਆ? 50,000 ਮੁੱਲ ਕਰਦੇ ਆ, ਅਤੇ ਹੋ ਜਾਏਗਾ ਇਹਦੇ ਵਿੱਚ ਵੀ ਲੈਸ? ਥੋੜ੍ਹਾ ਹੋਊਗਾ, ਜ਼ਿਆਦਾ ਨਹੀਂ। ਠੀਕ ਆ। ਸੋ ਕਿਸਾਨ ਵੀਰੋ, ਜਿਹੜਾ ਮੁੱਲ ਹੈਗਾ ਬਾਈ ਹੋਰਾਂ ਦੀ ਡਿਮਾਂਡ ਆ, ਉਹ 50,000 ਰੁਪਇਆ ਇਸ ਪਹਿਲੀ ਝੋਟੀ ਦੀ ਜਿਹੜੀ ਹੈਗੀ ਆ। ਅਤੇ ਬਾਕੀ ਮੌਕੇ 'ਤੇ ਥੋੜ੍ਹਾ ਬਹੁਤਾ ਮਾਨ ਤਾਨ ਹੋ ਜਾਏਗਾ। ਟੋਟਲ ਜਿਹੜੀ ਝੋਟੀ ਸਾਫ਼ ਹੈਗੀ ਵੀਰ ਜੀ, ਜਿਹੜਾ ਸਿੰਘ ਵੀ ਆ, ਬਿਲਕੁਲ ਰਿੰਗ ਸਿੰਘ ਆ, ਕੁੰਡਾ ਸਿੰਘ ਆ, ਛੋਟਾ ਸਿੰਘ ਹੈਗਾ, ਤੁਸੀਂ ਦੇਖ ਸਕਦੇ ਹੋ। ਬਿਲਕੁਲ ਜੈੱਡ ਬਲੈਕ, ਪਿੱਛੋਂ ਪੂਛ ਜਿਹੜੀ ਹੈਗੀ ਆ ਉਹ ਤੁਸੀਂ ਵੇਖ ਸਕਦੇ ਹੋ, ਤਕਰੀਬਨ 1 ਤੋਂ 1.5 ਗਿੱਠ ਉਹ ਵਾਈਟ ਹੈਗੀ ਆ। ਬਾਕੀ ਤੁਸੀਂ ਜਿਹੜੇ ਮੇਰੇ ਵੀਰ ਚਾਹਵਨ ਹੋਣ ਇਹ ਝੋਟੀ ਖਰੀਦਣ, ਅਤੇ ਉਹ ਜ਼ਰੂਰ ਖਰੀਦ ਸਕਦੇ ਹੋ। ਅਤੇ ਜਗਰਾਜ ਵੀਰ, ਇਹਨੂੰ ਖੋਲ੍ਹ ਲਈਏ ਆਪਾਂ। ਬਾਕੀ ਕਿਸਾਨ ਵੀਰੋ, ਹਜੇ ਜਿਹੜੀ ਸੂਣ ਦੀ ਤਰੀਕ ਆ, ਬਾਈ ਹੋਰਾਂ ਨੇ ਦੱਸਿਆ ਵੀ ਤਕਰੀਬਨ 20 ਤੋਂ 25 ਦਿਨ ਹਜੇ ਲੈ ਜਾਣੇ ਹਨ। ਮੋੜਦਾ ਬਾਈ, ਮੋੜਦਾ 20 ਤੋਂ 25 ਦਿਨ ਦੋਸਤੋ ਹਜੇ ਇਸਨੇ ਜਿਹੜੇ ਆ ਸੂਣ ਦੇ ਵਿੱਚ ਪਏ ਹਨ। ਬਾਕੀ ਤਿਆਰੀ ਹਜੇ ਜਿਹੜੀ ਆਰਡਰ ਦੀ ਆ ਉਹ ਤਕਰੀਬਨ ਬਿਲਕੁਲ ਜਿਵੇਂ ਜਿਵੇਂ ਸਮਾਂ ਨੇੜੇ ਆਏਗਾ ਉਹ ਬਣਦੀ ਜਾਵੇਗੀ। ਜਿਹੜੇ ਮੇਰੇ ਵੀਰ ਚਾਹਵਾਨ ਹੋਣ ਇਹ ਝੋਟੀ ਖਰੀਦਣ ਦੇ, ਉਹ ਜ਼ਰੂਰ ਖਰੀਦ ਸਕਦੇ ਹਨ। ਠੀਕ ਆ।
ਜਗਰਾਜ ਵੀਰ ਜੀ, ਆ ਦੂਜੇ ਨੰਬਰ ਦੀ ਇਹ ਜਿਹੜੀ ਆਪਣੀ ਝੋਟੀ ਆ, ਇਹ ਦੂਜਾ ਸੂਆ ਸੌਣ ਜਾ ਰਹੀ ਜੀ। ਤੇ ਹਫ਼ਤਾ ਕੁ ਲੈ ਜੂਗੀ ਜਾਣੀ ਜੀ? ਤਕਰੀਬਨ ਇੱਕ ਹਫ਼ਤਾ ਲੈ ਜੀ। ਹਾਂ, ਹਫ਼ਤਾ ਲੈ ਜੂਗੀ। ਠੀਕ ਆ ਜੀ। ਪਹਿਲੇ ਸਵੇ 10-11 ਕਿਲੋ, 10 ਕੁ ਕਿਲੋ ਦੁੱਧ ਦਿੱਤਾ ਨੇ। ਠੀਕ ਆ ਜੀ, ਬਣਾ ਦੀ ਉਹਦੇ ਵੀ 10 ਕਿਲੋ ਚਾਹੀਦੇ। ਠੀਕ ਆ ਜੀ, ਪਹਿਲੇ 12 ਕਿਲੋ ਦੇ ਆਰਾਮ ਨਾਲ ਨੇੜ ਫਿਰ ਦੇਜੂਗੀ। ਪਹਿਲੇ ਸਵੇ 10 ਲੀਟਰ ਦੀ ਚੁਆਈ ਹੈ ਨਾ? 10 ਆਉਂਦੇ ਜੀ। ਠੀਕ ਆ ਜੀ। ਬਾਕੀ ਵੀਰ ਜੀ, ਤੁਸੀਂ ਤਸੱਲੀ ਆਪਦੀ ਤਾਂ ਪੂਰੀ ਕਰਕੇ ਲਿਓ, ਥਾਣ ਥੁਣ ਦੀ ਬਿਲਕੁਲ ਓਕੇ। ਹਾਂ ਸਾਜੀ, ਬਿਲਕੁਲ ਓਕੇ। ਠੀਕ ਆ ਜੀ, ਉਹਦਾ ਤਾਂ ਪਾਸ ਕਰਕੇ ਲਿਓ। ਠੀਕ ਆ। ਸੋ ਕਿਸਾਨ ਵੀਰੋ, ਪਹਿਲੇ ਸੂਬੇ ਦੀ ਵੀਰ ਹੋਣਾ ਦੱਸਿਆ ਵੀ ਚੁਆਈ ਤਕਰੀਬਨ 10-11 ਲੀਟਰ ਦੀ ਇਸਨੇ ਕਰਵਾਈ ਹੈਗੀ ਆ। ਬਾਕੀ ਜਿਹੜੀ ਆ ਥਾਣਾਂ ਦੀ ਬਣਤਰ ਆ, ਥਾਣ ਤੁਸੀਂ ਵੇਖ ਸਕਦੇ ਹੋ ਕਿੰਨੇ ਕੁ ਅੰਤਰ ਦੇ ਵਿੱਚ ਹੈਗਾ, ਉਹ ਤੁਸੀਂ ਵੀਡੀਓ ਦੇ ਵਿੱਚ ਖੁਦ ਚੈੱਕ ਕਰ ਸਕਦੇ ਹੋ। ਇਹ ਜਿਹੜੀ ਝੋਟੀ ਇਹ ਵੀ ਹੈਗੀ ਆ, ਇਹ ਵੀ ਟੋਟਲ ਮਿਲਾ ਕੇ ਜਿਹੜੀ ਆ ਬਹੁਤ ਵਧੀਆ ਚੰਗੀ ਹੈਗੀ ਆ। ਕੱਦ ਕੱਟ ਦੋਸਤੋ ਜਿਹੜਾ ਦੋਨਾਂ ਝੋਟੀਆਂ ਦਾ ਹੈਗਾ ਸੇਮ ਹੈਗਾ, ਇਹ ਇੱਕ ਤਕਰੀਬਨ ਕੋਈ 2 ਇੰਚ ਉਸ ਤੋਂ ਪਹਿਲੀ ਝੋਟੀ ਤੋਂ ਵੱਧ ਹੈਗੀ ਆ। ਅਤੇ ਜਗਰਾਜ ਵੀਰ ਜੀ, ਮੁੱਲ ਇਸ ਦਾ ਵੀ ਕੀ ਕਰਦੇ ਪਏ ਆ? ਮੁੱਲ ਇਸ ਦਾ 65,000 ਕਰਦੇ ਆ। 65,000 ਹੋ ਜੇ ਕਹਿੰਦੇ ਜੀ, ਵਿਛੋੜ ਛੱਡ ਬਾਬਾ ਜੀ। ਬਹੁਤ ਸੋਹਣੇ ਥੱਲੇ ਜੀ। ਠੀਕ ਆ ਜੀ, ਹਜੇ ਤਕਰੀਬਨ 7 ਕੁ ਦਿਨ ਹੋਰ ਲੈ ਜਾਏਗੀ ਹਫ਼ਤਾ ਜੀ? ਠੀਕ ਆ, ਠੀਕ ਆ। ਢਿੱਲ ਹੈਗੀ ਆ, 7 ਕੁ ਦਿਨ ਹਫ਼ਤਾ ਲੈ ਜਾਏਗੀ ਜੀ। ਠੀਕ ਹੈ, ਠੀਕ ਆ। ਅਤੇ ਮੁੱਲ ਵੀਰ ਜੀ 65,000 ਦੱਸਿਆ, ਹੋ ਜਾਏਗਾ ਮਾਨਤਾ ਹੈ ਨਾ? ਠੀਕ ਆ। ਅਤੇ ਜਗਰਾਜ ਵੀਰ, ਇੱਕ ਵਾਰੀ ਮੋਬਾਈਲ ਨੰਬਰ ਫਿਰ ਬੋਲ ਦਈਏ। 9598-96-5002। ਠੀਕ ਆ ਜੀ, ਇਹਨੂੰ ਵੀ ਖੋਲ੍ਹ ਲਈਏ ਆਪਾਂ ਇੱਕ ਵਾਰੀ। ਸੋ ਕਿਸਾਨ ਵੀਰੋ, ਜਿਹੜੇ ਮੇਰੇ ਵੀਰ ਭਰਾ ਨੂੰ ਇਹਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਝੋਟੀ ਜਿਹੜੀ ਪਸੰਦ ਆਉਂਦੀ ਆ, ਮੋਬਾਈਲ ਨੰਬਰ ਜਿਹੜੇ ਸੰਪਰਕ ਨੰਬਰ ਨੇ ਉਹ ਵੀਰ ਹੋਣਾਂ ਦੇ ਆਪਾਂ ਦੇ ਦਿੱਤੇ ਹਨ ਵੀਡੀਓ ਦੇ ਵਿੱਚ, ਤੁਸੀਂ ਨੰਬਰਾਂ 'ਤੇ ਸੰਪਰਕ ਕਰਕੇ ਜਿਹੜੀਆਂ ਇਹ ਝੋਟੀਆਂ ਖਰੀਦ ਸਕਦੇ ਹੋ। ਵਧੀਆ ਦੋਸਤੋ, ਜਿਹੜਾ ਕੋਈ ਲਿਸੀ ਫਿੱਕੀ ਨਹੀਂ ਹੈਗੀ, ਦੋਨੋਂ ਝੋਟੀਆਂ ਤੁਹਾਨੂੰ ਦਿਖਾਈਆਂ ਨੇ, ਵਧੀਆ ਹੈਗੀਆਂ ਨੇ, ਜਿੱਡੇ ਕੱਦ ਵਜ਼ਨ 'ਚ ਹੈਗੀਆਂ ਨੇ, ਬਿਲਕੁਲ ਸਹੀ ਹਨ। ਮੋੜ ਦਈਏ ਜੀ। ਬਾਕੀ ਜਿਹੜੇ ਦੇਣ ਦੋਸਤੋ, ਤਕਰੀਬਨ 1 ਹਫ਼ਤੇ ਦੇ ਲਾਗੇ ਹਜੇ ਇਸਨੇ ਟਾਈਮ ਲੈ ਜਾਣਾ। ਬਾਕੀ ਆਰਡਰ ਦੀ ਤਿਆਰੀ ਤੁਸੀਂ ਖੁਦ ਨੋਟ ਕਰ ਸਕਦੇ ਹੋ, ਹਜੇ ਬਣਾ ਰਹੀ ਹੈ, ਬਿਲਕੁਲ ਆਰਡਰ ਤਿਆਰ ਕਰ ਲੈਣਾ 7 ਦਿਨਾਂ ਦੇ ਵਿੱਚ। ਦੋਸਤੋ ਜਿਹੜਾ, ਹਾਂਜੀ ਹਾਂਜੀ, ਲੇਵਾ ਸੋਹਣਾ ਹੈਗਾ, ਸਾਫ਼ ਲੇਵੇ ਦੀ ਦੋਸਤੋ ਇਹ ਜਿਹੜੀ ਝੋਟੀ ਆ। ਜਿਹੜੇ ਮੇਰੇ ਵੀਰ ਭਰਾ ਨੂੰ ਇਹ ਦੋਨਾਂ ਝੋਟੀਆਂ ਦੇ ਵਿੱਚੋਂ ਜਿਹੜੀਆਂ ਪਸੰਦ ਆਉਂਦੀਆਂ ਨੇ, ਉਹ ਵੀਰ ਹੋਣਾਂ ਦੇ ਜਿਹੜੇ ਮੋਬਾਈਲ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ ਦੋਸਤੋ, ਅਤੇ ਇਹਨਾਂ ਝੋਟੀਆਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਤੁਸੀਂ ਖਰੀਦ ਸਕਦੇ ਹੋ। ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।